ਅਈ ਜਸਕਮਲ ਸਿੰਘ ਜੀ ਅ ਸਤ ਜਸਕਮਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਇਤਿਹਾਸਕ ਕਿੱਥੇ ਅਪਾ ਜੁੜੇ ਆ ਜੋ ਕਿ ਪੰਜਾਬੀਆਂ ਦੀ ਟੜਕਣ ਸੌਥ ਹਾਲ ਦੇ ਵਿੱਚ ਹੇਜ ਦੇ ਵਿੱਚ ਸਕੂਲ ਬਣਿਆ ਹੋਇਆ ਹੈ ਅਤੇ ਕਾਫੀ ਹਸੇ ਤੋਂ ਸਕੂਲ ਚੱਲਦਾ ਚੱਲਦਾ ਰਿਹਾ ਆਪਣੀਆਂ ਮੰਜ਼ਿਲਾਂ ਤੈਅ ਕਰਦਾ ਕਰਦਾ ਪਰ ਕੁਝ ਸਾਡੀ ਅਨਗੈਲੀ ਕਾਰਨ ਅਸੀਂ ਆਮ ਜਨਤਾ ਨੂੰ ਦੱਸ ਨਹੀਂ ਸਕੇ ਇਸ ਸਕੂਲ ਬਾਰੇ ਇਸ ਸਕੂਲ ਦੀਆਂ ਸਫਲਤਾਵਾਂ ਵਾਸਤੇ ਬਾਰੇ ਇਹ ਹਾਂ ਗਾਇਬ ਗਾਹੇ ਇੱਕ ਦੂਜੇ ਸੁਣ ਸੁਣ ਕੇ ਗੱਲ ਚੱਲਦੀ ਆ ਰਹੀ ਹੈ ਅੱਜ ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਉਹ ਤੁਹਾਡੇ ਕੋ ਪਹੁੰਚਾਇਆ ਹੈ ਇਹ ਦੱਸਣ ਵਾਸਤੇ ਕਿ ਜੋ ਇਹ ਸਾਡਾ ਮਾਨਮਤੇ ਇਤਿਹਾਸ ਹੈ ਇਸ ਸਕੂਲ ਦਾ ਤੇ ਜਿਸ ਤਰ੍ਹਾਂ ਬੱਚਿਆਂ ਨੇ ਇੱਥੇ ਸਫਲਤਾਵਾਂ ਸਫਲਤਾ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਦੁਨੀਆ ਨੂੰ ਖਾਸ ਕਰਕੇ ਆਪਣੇ ਪੰਜਾਬੀ ਸੋਤਿਆਂ ਨੂੰ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਉਹਨਾਂ ਨੂੰ ਮਾਣ ਹੋਵੇ ਕਿ ਜਿੱਥੇ ਅਸੀਂ ਪੈਸੇ ਦਿੱਤੇ ਨੇ 1 ਪਾਉਂਡ ਦਿੱਤਾ 2 ਪਾਉਂਡ ਦਿੱਤੇ 4 ਪਾਉਂਡ ਦਿੱਤੇ ਨੇ ਅੱਜ ਉੱਥੇ ਬੱਚੇ ਪੜ੍ਹ-ਪੜ੍ਹ ਕੇ ਆ ਗ੍ਰੇਡ ਪ੍ਰਾਪਤ ਕਰ ਰਹੇ ਇਸ ਕਰਕੇ ਅਸੀਂ ਤੁਹਾਡੇ ਨਾਲ ਜੁੜੇ ਹਾਂ ਤੇ ਖਾਸ ਕਰਕੇ ਸਾਨੂੰ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਇਹ ਜੋ ਸੇਵਾ ਕਰ ਰਹੀ ਹੈ ਕਰ ਰਹੇ ਹੋ ਐਸ ਵਿਲੇਰ ਮਾਸਟਰ ਸਾਹਿਬ ਦੀ ਇਹ ਤੁਹਾਨੂੰ ਕਿੰਨੇ ਸਮਾਂ ਹੋਇਆ ਜੀ ਮੈਨੂੰ 1 ਸਾਲ ਹੋ ਗਿਆ ਡਾਕਟਰ ਸਾਹਿਬ 1 ਸਾਲ ਹੋ ਗਿਆ ਪੂਰਾ ਹਾਂ ਜੀ ਤੇ ਤੁਸੀਂ ਅ ਬਾਬਾ ਜੀ ਨਾਲ ਸਰਕਾਰ ਜੀ ਦੇ ਬਾਬਾ ਹਮਸਿੰਝ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੁੜੇ ਨਾ ਮੈਨੂੰ 17 ਸਾਲ ਬਾਬਾ ਜੀ ਦੇ ਨਾਲ ਜੁੜੇ ਨੂੰ ਹੋ ਗਏ ਆ 2000 ਪੰਜ ਤੋਂ ਲੈ ਕੇ ਹੁਣ ਤੱਕ ਤੇ ਇਹ ਇੱਕ ਬਹੁਤ ਵੱਡਾ ਮਾਣ ਹੈ ਮੇਰੇ ਵਾਸਤੇ ਕਿ ਮੈਨੂੰ ਇਸ ਜੋਗ ਸਮਝਿਆ ਗਿਆ ਕਿ ਮੈਂ ਇਹ ਸੇਵਾ ਨਿਭਾ ਸਕਾਂ ਤੇ ਮੈਨੂੰ ਜੋ ਸਪੋਰਟ ਮਿਲੀ ਹੈ ਸੌਰੀ ਕਮਿਊਨਿਟੀ ਵੱਲੋਂ ਸਾਰੀ ਬੱਚਿਆਂ ਵੱਲੋਂ ਬੱਚਿਆਂ ਦੇ ਪੇਰੈਂਟਸ ਜਾਂ ਸਟਾਫ ਵੱਲੋਂ ਉਹ ਇੱਕ ਸਾਲ ਦੇ ਵਿੱਚ ਮੈਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਵੀ ਕਿੰਨੇ ਬੜ ਚੜ ਕੇ ਸਪੋਰਟ ਕੀਤਾ ਉਹਨੇ ਬੈਠੇ ਜਾ ਕੇ ਆਪਣਾ ਤੁਸੀਂ ਇਸ 17 ਸਾਲ ਤੋਂ ਜੁੜੇ ਹੋ ਇਹ ਸਭ ਦੱਸੋ ਪੀ ਇਸ ਸਕੂਲ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿੱਥੋਂ ਤੋਂ ਸ਼ੁਰੂ ਹੋਇਆ ਸੀ ਅ 2000 ਸ਼ਾਇਦ ਦੇ ਵਿੱਚ ਮੈਂ ਇਸ ਸਕੂਲ ਦੇ ਵਿੱਚ ਮੈਂ ਇੱਕ ਟੀਚਿੰਗ ਅਸਿਸਟੈਂਟ ਦੇ ਤੌਰ ਤੇ ਮੈਂ ਆਬੀ ਸ਼ੁਰੂਆਤ ਕੀਤੀ ਸੀ ਅੱਛਾ ਤੇ ਜਦੋਂ ਮੈਂ ਟੀਚਿੰਗ ਅਸਿਸਟੈਂਟ ਬਣਿਆ ਪ੍ਰਾਇਮਰੀ ਸਕੂਲ ਦੇ ਵਿੱਚ ਈਅਰ 5 ਦੇ ਵਿੱਚ ਮੈਂ ਟੀਚਿੰਗ ਅਸਿਸਟੈਂਟ ਅਵਜੋ ਮੈਕਲੋਸਸ ਆਫ ਦੀ ਅਪੜੋਣੀਆਂ ਸ਼ੁਰੂ ਕੀਤੀਆਂ ਮੇਰੇ ਜਿਹੜੇ ਜੋ ਮੇਰੇ ਟੀਚਰ ਸੀ ਉਹਨਾਂ ਕੋਲੋਂ ਬਹੁਤ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੌਲੀ ਹੌਲੀ ਉਹਨਾਂ ਨੂੰ ਇਹ ਲੱਗਿਆ ਕਿ ਮੈਂ ਟ੍ਰੀਜੇ ਟ੍ਰੇਨਿੰਗ ਵਾਸਤੇ ਮੈਂ ਕਾਬਿਲ ਹੈਗਾ ਕਿਉਂਕਿ ਮੇਰੇ ਵਾਸਤੇ ਜੋ ਇੱਕ ਚੀਜ਼ ਵੱਡੇ ਐਡਵਾਂਟੇਜ ਦੀ ਗੱਲ ਸੀਗੀ ਕਿ ਵੀ ਜੋ ਮੇਰੇ ਟੀਚਰ ਸੀਗੇ ਜੋ ਕਲਾਸਰੂਮ ਟੀਚਰ ਸੀਗੇ ਜਿਨ੍ਹਾਂ ਦੇ ਮੈਂ ਅਸਿਸਟੈਂਟ ਸੀ ਉਹ ਉਸ ਵੇਲੇ ਦੇ ਵਾਈਸ ਪ੍ਰਿੰਸੀਪਲ ਵੀ ਸੀਗੇ ਪ੍ਰਾਇਮਰੀ ਸਕੂਲ ਦੇ ਠੀਕ ਹੈ ਸੋ ਉਹਨਾਂ ਨੂੰ ਕਈ ਵਾਰੀ ਜਾਣਾ ਪੈਂਦਾ ਸੀਗਾ ਕਿਸੇ ਹੋਰ ਕੰਮ ਵਾਸਤੇ ਜਾਂ ਮੀਟਿੰਗਸ ਵਾਸਤੇ ਤੇ ਮੈਂ ਟੇਕ ਓਵਰ ਕਰਦਾ ਹਾਂਜੀ ਮੈਂ ਟੇਕ ਓਵਰ ਕਰ ਲੈਂਦਾ ਕਲਾਸਰੂਮ ਸੋ ਉਹਨਾਂ ਨੂੰ ਲੱਗਿਆ ਕਿ ਵੀ ਹਾਂ ਵੀ ਜੇ ਮੈਂ ਪੜਾ ਰਿਹਾ ਸੀਗਾ ਮੈਥਸ ਪੜਾ ਰਿਹਾ ਸੀ ਜਾਂ ਕੋਈ ਹੋਰ ਸਬਜੈਕਟ ਜਿਹੜੇ ਬੱਚਿਆਂ ਨੂੰ ਉਹਦੇ ਵਿੱਚ ਉਹਨਾਂ ਨੂੰ ਹੈਲਪ ਹੋਈ ਤੇ ਪੇਰੈਂਟਸ ਦੀ ਫੀਡਬੈਕ ਵੀ ਬਹੁਤ ਵਧੀਆ ਆਈ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਵੀ ਸ਼ਾਇਦ ਵੀ ਮੈਂ ਟੀਚਿੰਗ ਟੀਚਿੰਗ ਤਾਂ ਮੈਂ ਵੈਸੇ ਪਹਿਲਾਂ ਵੀ ਬਹੁਤ ਕੀਤੀ ਸੀ ਪਰ ਮੈਂ ਇਸ ਮੁਲਕ ਵਿੱਚ ਆ ਕੇ ਇਸ ਕੰਟਰੀ ਵਿੱਚ ਆ ਕੇ ਮੈਂ ਦੁਬਾਰਾ ਆਪਦੀ ਪੜਾਈ ਸ਼ੁਰੂ ਕਰਨਾ ਚਾਹੁੰਦਾ ਸੀ ਮੈਂ ਚਾਹੁੰਦਾ ਨਹੀਂ ਸੀ ਕਿ ਵੀ ਮੈਂ ਆਪਦੇ ਆਪ ਨੂੰ ਇਹ ਦੱਸਾਂ ਕਿ ਦੱਸਾਂ ਕਿ ਵੀ ਮੈਂ ਇਸ ਕਾਬਿਲ ਹੈਗਾ ਮੈਂ ਆਪਦੇ ਆਪ ਨੂੰ ਬਣਾਉਣਾ ਚਾਹੁੰਦਾ ਸੀ ਉਸ 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 ਅਮ ਕਾਰਬੀ ਤੱਕ ਪਹੁੰਚਣਾ ਚਾਹੁੰਦਾ ਸੀ ਅਸਿਸਟੈਂਟ ਟੀਚਰ ਪ੍ਰਾਇਮਰੀ ਸਕੂਲ ਵਿੱਚ ਲੱਗੇ ਸੀ ਹਾਂਜੀ ਹਾਂਜੀ ਉੱਥੋਂ ਚੜਦੇ ਚੜਦੇ ਫਿਰ ਮੈਂ ਟੀਚਿੰਗ ਟ੍ਰੇਨਿੰਗ ਕੀਤੀ ਟੀਚਿੰਗ ਟ੍ਰੇਨਿੰਗ ਤੋਂ ਬਾਅਦ ਮੈਂ ਇੱਥੇ ਸਕੂਲ ਦੇ ਵਿੱਚ ਪੰਜਾਬੀ ਟੀਚਰ ਆਰਟੀ ਟੀਚਰ ਮੈਂ ਮੈਂ ਉਹ ਜੁਆਇਨ ਕੀਤਾ 2012 ਦੇ ਵਿੱਚ ਇੱਥੇ ਸਕੂਲ ਨੇ ਡਿਸਾਈਡ ਕੀਤਾ ਕਿ ਰਿਲੀਜੀਅਸ ਸਟਡੀਜ਼ ਦਾ ਹੈਡ ਆਫ ਡਿਪਾਰਟਮੈਂਟ ਹੈਨੀ ਸਿਗਾ ਉਸ ਵੇਲੇ ਤੋਂ ਸੋ ਮੈਂ ਹੈਡ ਆਫ ਡਿਪਾਰਟਮੈਂਟ ਵਜੋਂ ਆਫ ਦੀ ਡਿਊਟੀਆਂ ਨਿਭਾਈਆਂ ਤੇ ਉਸ ਤੋਂ ਬਾਅਦ 2015 ਦੇ ਵਿੱਚ ਸੀਨੀਅਰ ਲੀਡਰ ਦਾ ਰੋਲ ਐਡਵਰਟਾਈਜ਼ ਹੋਇਆ ਸੀਗਾ ਜਿਹਦੇ ਵਿੱਚ ਪੋਸਟ 16 ਜਿਹੜੇ ਲੈਵਲ ਬੱਚਿਆਂ ਦੇ ਸੀਨੀਅਰ ਲੀਡਰਸ ਵਾਸਤੇ ਉਹਨਾਂ ਨੇ ਅਮ ਐਡਵਰਟਾਈਜ਼ ਕੀਤਾ ਸੀ ਉਹਦੇ ਵਾਸਤੇ ਮੈਂ ਅਪਲਾਈ ਕੀਤਾ ਤੇ ਸਕਸੈਸਫੁਲ ਹੋਇਆ ਸੋ ਮੈਂ ਉਹ ਸੀਨੀਅਰ ਲੀਡਰ ਦਾ ਰੋਲ ਵੀ ਸਟਾਰਟ ਕੀਤਾ ਇਹ ਸਾਰੀ ਤਾਂ ਚਲੋ ਐਕੈਡੈਮਿਕਲੀ ਜਾਂ ਕਹਿ ਲਓ ਕਿ ਪ੍ਰੋਫੈਸ਼ਨਲ ਡਿਵੈਲਪਮੈਂਟ ਆਪਣੇ ਆਪ ਹੁੰਦੀ ਰਹੀ ਉਹ ਜਿਸ ਤਰ੍ਹਾਂ ਹੁੰਦਾ ਵੀ ਤੁਸੀਂ ਇਹਨਾਂ ਤੋਂ ਤੁਸੀਂ ਨਹੀਂ ਗਏ ਸੀ ਨਾਟ ਡ੍ਰੌਪਡ ਇਨ ਯੂ ਕਲਾਈਮਡ ਫਰਮ ਬਾਟਮ ਹਾਂਜੀ ਯਾ ਸੋ ਬਾਟਮ ਤੋਂ ਲਾ ਕੇ ਆਪਣੀ ਮਿਹਨਤ ਦਾ ਨਾਲ ਮਹਾਂਪੁਰਸ਼ਾਂ ਦੀ ਬਖਸ਼ਿਸ਼ ਸਤਗੁਰੂ ਦੀ ਬਖਸ਼ਿਸ਼ ਨਾਲ ਚੜਦੇ ਚੜਦੇ ਚੱਲਦੇ ਚੜਦੇ ਇਸ ਮੰਜ਼ਲ ਤੇ ਤੁਸੀਂ 17 ਸਾਲਾਂ ਹਾਂਜੀ ਹਾਂਜੀ ਇਸ ਮੰਜ਼ਲ ਤੇ ਪਹੁੰਚ ਗਏ ਹੋ ਹਾਂਜੀ ਜਿਹੜਾ ਕਿ ਇਸ ਵੇਲੇ ਹੈ ਟੀਚਰੋ ਕਿਡਰਗਾਰਟ ਸਕੂਲ ਦੇ ਸੋ ਅਮ ਇੱਕ 올-ਥਰੂ ਅਕੈਡਮੀ ਹੈ ਜਿਹੜਾ ਨਾਨਕ ਸਿੰਘ ਅਕੈਡਮੀ ਤੇ ਜਿਹੜਾ ਮਲਟੀ ਅਕੈਡਮੀ ٹرسٹ ਹੈਗਾ ਉਹਦੇ ਅੰਦਰ ਜਿਹੜਾ ਨਾਨਕ ਸਿੰਘ ਪ੍ਰਾਇਮਰੀ ਸਕੂਲ ਅਮ ਉਹ ਇੱਕ ਅਡਾ ਪ੍ਰਾਇਮਰੀ ਸਕੂਲ ਹੈ ਬਿਲਕੁਲ ਨਾਲ ਹੀ ਅਕੈਡਮੀ ਦੇ ਬਿਲਡਿੰਗ ਦੇ ਸੋ ਇਹ ਦੋ ਸਕੂਲ ਹੈਗੇ ਇਸ ਵੇਲੇ ਜਿਹੜੇ ਪ੍ਰਾਇਮਰੀ ਕਪੈਸਿਟੀ ਨਹੀਂ ਸਾਰੀ ਇਹਨਾਂ ਦੋਨੋਂ ਸਕੂਲਾਂ ਦੀ ਅਮ ਕਪੈਸਿਟੀ ਜੇ ਫੁੱਲ ਕਪੈਸਿਟੀ ਦੇਖਿਆ ਜਾਵੇ ਤਾਂ 2400 ਬੱਚਾ ਪੂਰਾ ਹੈਗਾ ਟੋਟਲ ਪਰ ਇਸ ਵੇਲੇ ਕਿਉਂਕਿ ਨਾਨਕਸ ਪ੍ਰਾਇਮਰੀ ਪਿਛਲੇ ਸਾਲ ਹੀ ਸ਼ੁਰੂ ਹੋਇਆ ਹੈਗਾ ਸੋ ਉਹਦੀ ਅਮ ਹਜੇ ਆਪਣਾ ਸਟਰੈਂਥ ਵਧਾ ਰਹੇ ਹਾਂ ਹਰ ਇੱਕ ਸਾਲ ਹੋਰ ਬੱਚੇ ਆ ਰਿਹਾ ਹੋਰ ਕਲਾਸਾਂ ਸ਼ੁਰੂ ਹੋ ਰਹੀਆਂ ਸਾਡੇ 1500 ਬੱਚਾ ਇੱਥੇ ਪੜਦਾ ਹੈਗਾ ਅੱਛਾ ਅਕੈਡਮੀ ਦੇ ਵਿੱਚ ਤੇ ਉਹਦੀ ਜਿਹੜੀ ਫੁੱਲ ਕਪੈਸਿਟੀ ਹੋਏਗੀ ਪ੍ਰਾਇਮਰੀ ਸਕੂਲ ਦੀ ਉਹਤ ਸਭ ਬੱਚਿਆਂ ਦੀ ਸੋ ਇਹ ਕਿਹੜੇ ਸਟੈਂਡਰਡ ਤੋਂ ਸ਼ੁਰੂ ਸ਼ੁਰੂ ਹੁੰਦੇ ਹੈ ਨਰਸਰੀ ਤੋਂ ਰਿਸੈਪਸ਼ਨ ਤੋਂ ਸ਼ੁਰੂ ਹੁੰਦੇ ਹੈ ਨਰਸਰੀ ਵਾਸਤੇ ਵੀ ਹਾਂਜੀ ਆਪਾਂ ਕੀ ਹੈਗਾ ਵੀ ਇਹ 2024 ਤੋਂ ਆਪਾਂ ਨਰਸਰੀ ਤੋਂ ਵੀ ਸ਼ੁਰੂ ਕਰਾਂਗੇ ਪਰ ਇਸ ਵੇਲੇ ਰਿਸੈਪਸ਼ਨ ਕਲਾਸਸ ਤੋਂ ਸ਼ੁਰੂ ਹੁੰਦੇ ਹੈ 6 ਫਾਰਮ ਤੱਕ ਸਾਰੀਆਂ ਕਲਾਸਸ ਹੈਗੀਆਂ ਇਹ ਲੈਵਲ ਤੱਕ ਹਾਂਜੀ ਹਾਂਜੀ ਇਹ ਲੈਵਲ ਤੱਕ ਤੇ ਇਹਦੇ ਬੱਚੇ ਮжоਰਿਟੀ ਬੱਚੇ ਦਾ ਸਾਰ ਦੱਸੋ ਕਿ ਇਹ ਮਿਕਸਚਰ ਜਾਂ ਮжоਰਿਟੀ ਆਪਣੇ ਬੱਚੇ ਆ ਜਾਂ ਕਿਦਾਂ ਅਮ ਸੂਰਸਾ ਸਕੂਲ ਦੇ ਜਿਹੜੀ ਆਪਣੇ ਸਕੂਲ ਦੀ ਜਿਹੜੀ ਐਡਮਿਸ਼ਨ ਪਾਲਿਸੀ ਹੈਗੀ ਕਿਉਂਕਿ ਅਮ ਬਾਬਾ ਜੀ ਦਾ ਜਿਹੜਾ ਸ਼ੁਰੂ ਤੋਂ ਵਿਜ਼ਨ ਰਿਹਾ ਸੀਗਾ ਕਿ ਵੀ ਅਸੀਂ ਅਮ ਇੱਥੇ ਬੱਚੇ ਸਿੱਖਾਂ ਦੇ ਬੱਚਿਆਂ ਨੂੰ ਜ਼ਿਆਦਾ ਆਪਾਂ ਉਹਨਾਂ ਨੂੰ ਪ੍ਰੋਮੋਟ ਕਰਨਾ ਹੈਗਾ ਕਿਉਂਕਿ ਜੋ ਦਿੱਕਤਾਂ ਉਹਨਾਂ ਵਾਸਤੇ ਉਸ ਸਮੇਂ ਆ ਰਹੀਆਂ ਸੀਗੀਆਂ ਦੂਜੇ ਸਕੂਲਾਂ ਦੇ ਵਿੱਚ ਉਹ ਇਸ ਸਕੂਲ ਦੇ ਵਿੱਚ ਨਾ ਆਉਣ ਸੋ 80% ਜਿਹੜੀ ਹੈਗੀ ਆ ਉਹ ਪੋਪੂਲੇਸ਼ਨ ਸਿੱਖਾਂ ਦੀ ਹੈ ਪਰ 80% ਜਿਹੜੇ 20% ਹੈਗੇ ਉਹ ਨਾਨ ਸਿੱਖ ਬੱਚੇ ਵੀ ਹੈਗੇ ਆ ਉਹਦੇ ਵਿੱਚ ਕਈ ਜਿਹੜੇ ਆਪਣੇ ਏਸ਼ੀਅਨ ਫੈਮਿਲੀਸ ਹੈਗੀਆਂ ਸਾਊਥ ਏਸ਼ੀਅਨ ਫੈਮਿਲੀਸ ਹੈਗੀਆਂ শ্রীলਾਂਕਨ ਪੇਰੈਂਟਸ ਹੈਗੇ ਆ ਜਾਂ ਸਾਊਥ ਇੰਡੀਅਨ ਪੇਰੈਂਟਸ ਹੈਗੇ ਆ ਉਹ ਵੀ ਉਹ ਵੀ ਆਪਣੇ ਇੱਥੇ ਪੜਦੇ ਹੈਗੇ ਆ ਸੋ ਅਮ ਦੇਖਿਆ ਜਾਵੇ ਤਾਂ ਕਿਉਂਕਿ ਸਕੂਲ ਤਾਂ ਬੇਸਡ ਹੈਗਾ ਸਿੱਖ ਸਿਧਾਂਤਾਂ ਦੇ ਪਰ ਜਿਹੜੇ ਪੇਰੈਂਟਸ ਵੀ ਆਉਂਦੇ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੁੰਦਾ ਪਹਿਲਾਂ ਤੋਂ ਹੀ ਕਿ ਵੀ ਸਕੂਲ ਸਿੱਖ ਸਿਧਾਂਤ ਜਿਹੜੇ ਸਕੂਲ ਦੇ ਹੈਗੇ ਉਹ ਇਹ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਵੀ ਉੱਥੇ ਸਿਰਫ ਸਿੱਖੀ ਪੜ੍ਹਾਇ ਜਾਊਗੀ ਜਾਂ ਸਿੱਖੀ ਇਸ ਤਰ੍ਹਾਂ ਦੀ ਪੜ੍ਹਾਇ ਜਾਊਗੀ ਵੀ ਵੀ ਸਿੱਖੀ ਸਾਨੂੰ ਪ੍ਰਦਾਨ ਆ ਵੀ ਬਾਕੀ ਸਾਰੇ ਜਿਹੜੇ ਧਰਮ ਹੈਗੇ ਆ ਉਹ ਕੁਝ ਨਹੀਂ ਹੈਗੇ ਧਰਮਾਂ ਦੀ ਸਤਿਕਾਰ ਕਰਨਾ ਧਰਮਾਂ ਨੂੰ ਬਰਾਬਰਤਾ ਦੇਣੀ ਬੱਚਿਆਂ ਨੂੰ ਪਹਿਲਾਂ ਸਿਖਾਇਆ ਜਾਂਦਾ ਤੇ ਉਹਦੇ ਕਰਕੇ ਇੱਥੋਂ ਦੇ ਜਿਹੜਾ ਇੱਥੋਂ ਦਾ ਜਿਹੜਾ ਮਾਹੌਲ ਆ ਤੁਸੀਂ ਦੇਖੋਗੇ ਜਿਹੜੇ ਹਰ ਰੋਜ਼ ਦਾ ਯੂ ਨਾ ਜਦੋਂ ਦਿਨ ਸ਼ੁਰੂ ਹੁੰਦਾ ਉਦੋਂ ਤੁਸੀਂ ਦੇਖਦੇ ਹੋ ਵੀ ਗੁਰਦੁਆਰੇ ਤੋਂ ਗੁਰੂ ਸਾਹਿਬ ਦੇ ਚਰਨਾਂ ਤੋਂ ਅਰਦਾਸ ਤੋਂ ਸ਼ੁਰੂ ਹੁੰਦਾ ਜਿਹਦੇ ਵਿੱਚ ਆਪਣੇ ਗੁਰੂ ਘਰ ਦੇ ਵਿੱਚ ਸਾਰੇ ਪਾਸੇ ਜਿਹੜੀਆਂ ਤੁਕਾਂ ਲੱਗੀਆਂ ਹੋਈਆਂ ਹੈਗੀਆਂ ਗੁਰਬਾਣੀ ਦੀਆਂ ਉਹਨਾਂ ਤੋਂ ਸਿੱਖਿਆ ਇਹੀ ਮਿਲਦੀ ਹੈਗੀ ਆ ਵੀ ਸਾਰਿਆਂ ਦਾ ਸਤਿਕਾਰ ਕਰਨਾ ਇਵਨ ਜਿਹੜੇ ਸਾਡੇ ਆਪਣੇ ਸਕੂਲ ਦੇ ਜਿਹੜੇ ਟੀਚਰਸ ਵੱਲੋਂ ਹੀ ਸਿਧਾਂਤ ਤਿਆਰ ਕੀਤੇ ਗਏ ਹੈਗੇ ਆ ਉਹਨਾਂ ਵਿੱਚ ਸ਼ੇਅਰ ਵੈਲਿਊਜ਼ ਆਪਾਂ ਉਹਨਾਂ ਨੂੰ ਕਹਿੰਦੇ ਆ ਸ਼ੇਅਰ ਵੈਲਿਊਜ਼ ਦੇ ਵਿੱਚ S H A R E ਇੱਕ ਐਬ੍ਰੋਵੀਸ਼ਨ ਹੈਗੀ ਹੈ ਜਿਹਦੇ ਵਿੱਚ ਸੇਵਾ ਜਿਹੜੀ ਹੈਗੀ ਆ S ਫੋਰ ਸੇਵਾ ਉਹ ਸਭ ਤੋਂ ਪਹਿਲਾਂ ਪਾਈ ਜਾਂਦੀ ਹੈਗੀ ਮੰਨੀ ਜਾਂਦੀ ਹੈ ਸਾਰੇ ਸਕੂਲ ਵੱਲੋਂ ਉਹ ਵੈਲਿਊਜ਼ ਫਾਲੋ ਕੀਤੀਆਂ ਜਾਂਦੀਆਂ ਸੇਵਾ ਤੋਂ ਬਾਅਦ ਹਿਊਮਿਲਟੀ ਅਚੀਵਮੈਂਟ ਰਿਸਪੈਕਟ ਤੇ ਇਕਵੈਲਟੀ ਸੋ ਇਹਦੇ ਉੱਤੇ ਜਿਹੜਾ ਆਪਣਾ ਸਕੂਲ ਦਾ ਸਾਰਾ ਸਟਰਕਚਰ ਹੈਗਾ ਉਹ 베ਸ ਤੇ ਹੈ। ਸੋ ਟੱਚ ਅਪ ਤੁਸੀਂ ਜਾਂ ਜਾਂ ਅਡਜਸਟ ਕੀਤਾ ਸੀ 베ਸ ਤੇ ਸਕੂਲ ਸ਼ੁਰੂ ਸਵੇਰੇ। ਹਾਂਜੀ। ਸਵੇਰੇ ਸ਼ੁਰੂਆਤ ਹੁੰਦੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੇ ਉਤਸਵ ਉੱਤੇ। ਹਾਂਜੀ। ਉੱਥੇ ਜਾ ਕੇ ਆਪਣੇ ਅਰਦਾਸ ਹੁੰਦੀ ਹੈ ਸ਼ਬਦ ਸ਼ਬਦ ਕੀਰਤਨ ਜਾਂ ਕੀ ਹਾਂਜੀ ਉੱਥੇ ਸਭ ਤੋਂ ਪਹਿਲਾਂ ਪਹਿਲਾਂ ਆਪਾਂ ਜਪਜੀ ਸਾਹਿਬ ਦਾ ਚੌਪਈ ਸਾਹਿਬ ਦਾ ਪਾਠ ਹੁੰਦਾ। ਹੂੰ। ਤੇ ਉਸ ਤੋਂ ਬਾਅਦ ਦੇਸ਼ਵਾਦਾ ਕੀਰਤਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਅਰਦਾਸ ਕਰਕੇ ਬੱਚੇ ਆਪ ਹੁਕਮ ਨਮਾ ਲੈਂਦੇ ਆ ਤੇ ਬੱਚੇ ਆਪ ਮੂਰੇ ਹੋ ਕੇ ਸੇਵਾ ਕਰਦੇ ਹੈਗੇ ਆ ਟੀਚਰ ਹੁੰਦੇ ਆ ਉਸ ਵੇਲੇ ਟੀਚਰ ਵੀ ਗੁਰਦੁਆਰੇ ਚ ਆਉਂਦੇ ਆ ਕਿਉਂਕਿ ਉਹਨਾਂ ਦੀ ਡਿਊਟੀਆਂ ਹੁੰਦੀਆਂ ਪਰ ਮੇਨਲੀ ਬੱਚਿਆਂ ਵੱਲੋਂ ਸਾਰਾ ਸਾਰਾ ਕੀਰਤਨ ਦਾ ਤੇ ਪਾਠ ਦਾ ਪਾਠ ਦੀ ਸੇਵਾ ਨਿਭਾਈ ਜਾਂਦੀ ਹੈ ਤੇ ਉਹ ਇੱਕ ਹਿਸਾਬ ਨਾਲ ਇੱਕ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿਉਂਕਿ ਜਿਨ੍ਹਾਂ ਨੇ ਵੀ ਉਹ ਦੇਖਿਆ ਹੈਗਾ ਜਿਹੜੇ ਬਾਹਰੋਂ ਸੰਗਤ ਆਉਂਦੀ ਹੈਗੀ ਆ ਦੇਖਣ ਵਾਸਤੇ ਜਾਂ ਆ ਆਪਣੇ ਸਕੂਲ ਦੇ ਟੀਚਰ ਵੀ ਜਿਹੜੇ ਨਵੇਂ ਆਉਂਦੇ ਹੈਗੇ ਆ ਉਹ ਦੇਖ ਕੇ ਇੱਕਦਮ 당ਗ ਰਹੇ ਜਾਂਦੇ ਆ ਕਿ ਵੀ ਉਹਨਾਂ ਨੇ ਕਿਸੇ ਹੋਰ ਸਕੂਲ ਦੇ ਵਿੱਚ ਸਾਰੇ ਬ੍ਰਿਟਿਸ਼ ਸਕੂਲ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀਆਂ ਹੁੰਦੀਆਂ ਕੀਤੀਆਂ ਹੁੰਦੀਆਂ ਵਾਪਸ ਆ ਕੇ ਇੱਥੇ ਜਦੋਂ ਦੇਖਦੇ ਆ ਵੀ ਇੱਥੇ ਇਸ ਤਰ੍ਹਾਂ ਦਾ ਮਾਹੌਲ ਹੈਗਾ ਵੀ ਬੱਚੇ ਇੰਨੇ ਕੌਨਫੀਡੈਂਟ ਤੇ ਨਾਲ ਇੰਨੇ ਨੇ ਇੰਨੇ ਸਤਕਾਰ ਦੇ ਨਾਲ ਉਹ ਸਾਰੀ ਅਸੈਂਬਲੀ ਆਪ ਆਰਗੇਨਾਈਜ਼ ਕਰਦੇ ਆਪ ਮੈਨੇਜ ਕਰਦੇ ਆ ਸ਼ੁਰੂਆਤ ਹੁੰਦੀ ਹੈ ਜਿਸ ਕਾਜ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਅਸ਼ੀਰਵਾਦ ਨਾਲ ਹੋਵੇ ਹਾਂ ਜੀ ਜਾਨੀ ਸਤਿਗੁਰੂ ਆਪ ਬਖਸ਼ਿ ਕਰਦੇ ਨੇ ਬਿਲਕੁਲ ਹਾਂ ਜੀ ਸੋ ਸਵੇਰੇ ਜੋ ਆਉਂਦੇ ਨੇ ਸਿੱਧੀ ਆ ਕੇ ਅਰਦਾਸ ਹਾਂ ਜੀ ਉੱਥੇ ਕੀਤਨ ਗੁਜ਼ਾਰਾ ਕਮ ਲੈ ਕੇ ਹੁਣੋਂ ਆ ਲੇ ਕੇ ਫਿਰ ਘਰਸਾ ਚਲਦਿਆਂ ਨੇ ਬਿਲਕੁਲ ਹਾਂ ਜੀ ਤੇ ਇਹ ਸਿੱਖੀ ਸਿਧਾਂਤ ਪਵਾ ਕਹਿ ਲਈਏ ਪੇ ਨਹੀਂ ਪਰ ਇਸ ਮジョਰਿਟੀ 80% ਇਨ 90% ਮਸੂਮੀਦੋਂ ਉਦੋਂ ਗਿਆ ਹਾਂ ਜੀ ਹਾਂ ਤੇ ਉਹਨਾਂ ਵਾਸਤੇ ਸਕੂਲ ਕਿਉਂਕਿ ਏ ਮੈਨੂੰ ਤੁਹਾਡੇ ਸਮੇਂ ਤੋਂ ਪਹਿਲਾਂ ਦੀ ਗੱਲ ਐ 90 99 ਦੀ ਗੱਲ ਜਿੱਥੋਂ ਸ਼ੁਰੂਆਤ ਹੁੰਦਾ ਸਕੂਲ ਦਾ ਸੌਥਾਲ ਦੇ ਵਿੱਚ ਸੀ ਕਿਸੇ ਘਰ ਦੇ ਕਿਸੇ ਘਰ ਪੀਸੀ ਪ੍ਰੇਮੀ ਦੇ ਘਰ ਵਿੱਚ ਬੈਠੇ ਜਾ ਬਾਬਾ ਚਾਹ ਪਾਣੀ ਪੀ ਰਹੇ ਤੇ ਇੱਕ ਬਜ਼ੁਰਗ ਆ ਕੇ ਬਾਬਾ ਜੀ ਕੋ ਤਹਾ ਮੰਨ ਲਾ ਪਿਆ ਮੈਂ ਵੀ ਹੈਰਾਨ ਖੜਾ ਮੈਂ ਤੇ ਬਾਬਾ ਜੀ ਕਹਿੰਦੇ ਬਜ਼ੁਰਗਾ ਕੀ ਹੋਇਆ ਕਹਿੰਦਾ ਬਾਬਾ ਜੀ ਕੀ ਦਸੀਏ ਮਾਇਆ ਕਮਾਉਣਾ ਐਸਾ ਪਰ ਜਿਹੜੀ ਸੱਚੀ ਮਾਇਆ ਸੀ ਹੂੰ ਉਹ ਆਪਣੀ ਗਵਾਚਲੀ ਗਵਾਲੀ ਸਾਨੂੰ ਦੱਸ ਕੀ ਹੈ ਕਿ ਉਹ ਧਨ ਬੜਾ ਕਮਾਇਆ ਪਰ ਆਪਣੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਧਨ ਕਮਾਉਂਦੇ ਕਮਾਉਂਦੇ ਆ ਉਹ ਬੱਚੇ ਜਿਸ এনवायरमेंट ਵਿੱਚ ਰਹਿ ਰਹੇ ਨੇ ਕਲਸੀ ਵਿੱਚ ਰਹਿ ਰਹੇ ਨੇ ਉਹ ਵੱਡੇ ਹੋਏ ਉਹ ਗੋਰੇ ਬਣ ਗਏ بس ਉਹ ਅਡਾਪਟ ਕਰ ਲਿਆ ਵੀ ਐਸਾ ਇਹੋ ਜਿਹਾ ਉਪਰਾਲਾ ਕਰੋ ਅਸੀਂ ਤਾਂ ਆਪਣੀ ਆ ਜਨਰੇਸ਼ਨ ਗਵਾਲੀ ਹੈ ਪਰ ਗਾਂ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਸਕੂਲ ਖੋਲੋ ਜਿੱਥੇ ਆ ਸਿੱਖਿਆ ਮਿਲ ਸਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਉੱਥੋਂ ਮੋੜ ਵੱਜਦਾ ਹੈ ਇਸ ਸਕੂਲ ਦਾ ਬਿਲਕੁਲ ਹਾਂਜੀ ਡਾਕਟਰ ਸਾਹਿਬ ਤੁਸੀਂ ਇੱਕ ਕਿਸੇ ਦੀ ਗੱਲ ਕੀਤੀ ਹੈਗੀ ਆ ਏਦਾਂ ਹੀ ਮੇਰੇ ਮੈਨੂੰ ਵੀ ਇੱਕ ਐਕਸਪੀਰੀਅੰਸ ਹੋਇਆ ਜਿਹਦੇ ਨਾਲ ਮੇਰੀਆਂ ਅੱਖਾਂ ਹੋਰ ਖੁੱਲ ਗਈਆਂ ਕਿਉਂਕਿ ਕਿੰਨਾ ਜ਼ਰੂਰੀ ਹੈ ਇਸ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਆਪਣੇ ਆਪਣੇ ਵਿਰਸੇ ਨਾਲ ਜੁੜਨਾ ਆਪਣੀ ਗੁਰਬਾਣੀ ਨਾਲ ਜੁੜਨਾ ਗੁਰਗ੍ਰੰਥ ਸਾਹਿਬ ਜੀ ਤੇ ਚੜ੍ਹਨਾ ਨਾਲ ਜੁੜਨਾ ਜਦੋਂ ਕੋਵਿਡ ਹੋਇਆ ਸੀਗਾ ਪਿਛਲੇ 2 ਸਾਲਾਂ ਦੇ ਵਿੱਚ ਉਦੋਂ ਕਾਫੀ ਲਾਕਡਾਊਨ ਹੋਏ ਸੀਗੇ ਤੇ ਜਦੋਂ ਲਾਕਡਾਊਨ ਤੋਂ ਬਾਅਦ ਅਸੀਂ ਦੁਬਾਰਾ ਸ਼ੁਰੂ ਕੀਤਾ ਸਕੂਲ ਬੱਚਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਵੀ ਕਿਸ ਤਰ੍ਹਾਂ ਬੱਚਨ ਮੋਟੀਵੇਟ ਕੀਤਾ ਜਾਵੇ ਦੁਬਾਰਾ ਉਹ ਕਲਾਸਿਸ ਸੋ ਇੱਕ ਆਈਡੀਆ ਸੀਗਾ ਵੀ ਇੱਕ ਐਕਸ ਸਟੂਡੈਂਟਸ ਆਪਣੇ ਜਿੰਨੇ ਵੀ ਹੈਗੇ ਆਪਾਂ ਉਹਨਾਂ ਨੂੰ ਬੁਲਾਈਏ ਤੇ ਉਹ ਆ ਕੇ ਆਪਣੀਆਂ ਆਪਣੀਆਂ ਕਹਾਣੀਆਂ ਦੱਸਣ ਵੀ ਉਹ ਕਿ ਸਕੂਲ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਅਮ ਅਮ ਪੜਾਈ ਕੀਤੀ ਤੇ ਹੁਣ ਕਿੱਥੇ ਯੂ ਨਾ ਕਿਹੜੇ ਕਿਹੜੇ ਪ੍ਰੋਫੈਸ਼ਨਲ ਅਮ ਆਉਡੀਟੇ ਹੋ ਬੈਠੇ ਹੈਗੇ ਆ ਸੋ ਇੱਕ ਐਕਸਟੂਡੈਂਟ ਹੈ ਆਪਣੇ ਰਣਦੀਪ ਸਿੰਘ ਨਾਮ ਉਹਨਾਂ ਦਾ ਰਣਦੀਪ ਨੇ ਇਥੋਂ 10ਵੀਂ ਤੇ 11ਵੀਂ ਤੇ 12ਵੀਂ ਤੱਕ ਤੇਮੀ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਐ ਲੈਵਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਉਹਨਾਂ ਨੇ ਮੈਡੀਸਨ ਦੀ ਸ पूरी ਪੜ੍ਹਾਈ ਕਰਕੇ ਹੁਣ ਡਾਕਟਰ ਆ ਉਹ ਵੁਲਵਹੈਂਟਨ ਹਸਪੀਟਲ ਦੇ ਵਿੱਚ ਉਹ ਡਾਕਟਰ ਹੈਗੇ ਆ ਤੇ ਉਹਨਾਂ ਨੇ ਆ ਕੇ ਇੱਥੇ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਜਿਹੜੀ ਗੱਲ ਉਹਨਾਂ ਨੇ ਦੱਸੀ ਜਿਹੜੀ ਸਾਰਿਆਂ ਦੇ ਦਿਲਾਂ ਨੂੰ ਚੋ ਕੇ ਲੰਗੀ ਹੈ ਨਾ ਕਿ ਵੀ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਸਾਰੀ ਕਹਾਣੀ ਸੁਣਾਈ ਕਿਵੇਂ ਮੈਂ ਸਕੂਲ ਦੇ ਵਿੱਚ ਮੈਂ ਕਿਸ ਤਰ੍ਹਾਂ ਪੜਦਾ ਹੁੰਦਾ ਸੀਗਾ ਪਰ ਜਿਹੜੀ ਇੱਕ ਗੱਲ ਬੱਚਿਆਂ ਤੱਕ ਪਹੁੰਚੀ ਉਹ ਸੀ ਕਿ ਵੀ ਜਦੋਂ ਕੋਵਿਡ ਉਹਨੇ ਉਹਨੇ ਦੱਸਿਆ ਆਪਣੀ ਜ਼ੁਬਾਨ ਦੇ ਨਾਲ ਸ਼ੇਅਰ ਕੀਤੀ ਉਹਨੇ ਗੱਲ ਬੱਚਿਆਂ ਨਾਲ ਉਹ ਕਹਿੰਦੇ ਵੀ ਜਦੋਂ ਕੋਵਿਡ ਹੋਇਆ ਸੀ ਨਾ ਕਹਿੰਦਾ ਵੀ ਮੈਂ 24 ਘੰਟੇ ਵਿੱਚੋਂ ਬੀਬੀ ਇੱਕ ਇੱਕ ਬਾਏ ਬਾਏ ਕਾਂਟੇ ਮੇਰੀ ਡਿਊਟੀ ਲੱਗਦੀ ਹੁੰਦੀ ਸੀ ਹਸਪੀਟਲ ਦੇ ਵਿੱਚ ਤੇ ਕਈ ਵਾਰੀ ਕਹਿੰਦੇ ਵੀ ਅਸੀਂ ਥੱਕ ਵੀ ਜਾਂਦੇ ਹੁੰਦੇ ਸੀ ਬਹਿ ਕੇ ਅਸੀਂ ਸੋਚਦੇ ਹੁੰਦੇ ਸੀਗੇ ਵੀ ਇਹ ਕੀ ਇਹ ਕਿਸ ਕਿਸ ਤਰ੍ਹਾਂ ਅਸੀਂ ਡੀਲ ਕਰਾਂਗੇ ਤੇ ਕਹਿੰਦੇ ਕਿ ਵੀ ਮੈਂ ਇੱਕ ਪੇਸ਼ੀਐਂਟ ਸੀਗਾ ਉਹਨਾਂ ਦੇ ਉਹਨਾਂ ਦੀ ਸੇਵਾ ਕਰਦੇ ਸੀਗੇ ਪੇਸ਼ੀਐਂਟ ਦੀ ਤੇ ਉਸ ਟਾਈਮ ਤੱਕ ਉਹ ਘੱਟੋ ਘੱਟ 20 21 ਘੰਟੇ 22 ਘੰਟੇ ਉਹ ਲਗਾਤਾਰ ਸੇਵਾ ਕਰਿਆ ਰਿਹਾ ਸੀਗੇ ਉਹਨਾਂ ਨੂੰ ਟਾਈਮ ਬ੍ਰੇਕ ਵੀ ਨਹੀਂ ਮਿਲੀ ਸੀ ਕਿਉਂਕਿ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਸੀ ਐਨ ਐਚ ਐਸ ਦੇ ਡਾਕਟਰਾਂ ਤੇ ਤੇ ਉਹ ਕਹਿੰਦੇ ਵੀ ਇੱਕ ਟਾਈਮ ਤੇ ਨਾ ਮੈਂ ਬਹਿ ਗਿਆ ਤੇ ਮੈਂ ਫਲੋਰ ਤੇ ਹੀ ਪੈ ਗਿਆ ਥੱਲੇ ਹੂੰ ਕਹਿੰਦਾ ਵੀ ਜਿਹੜੀ ਚੀਜ਼ ਮੈਂ ਸੋਚੀ ਜਾਵਾਂ ਵੀ ਹੁਣ ਮੈਂ ਕੀ ਕਰਾਂ ਮੇਰੇ ਬਿਕੋਜ਼ ਮੇਰੇ ਤੋਂ ਹੁਣ ਤਾਂ ਸਰੀਰ ਮੇਰਾ ਜਵਾਬ ਨਹੀਂ ਜਾਂਦਾ ਹੂੰ ਤੇ ਕਹਿੰਦਾ ਵੀ ਜਿਹੜੀ ਚੀਜ਼ ਮੇਰੇ ਦਿਮਾਗ ਵਿੱਚ ਆਈ ਪਹਿਲੀ ਗੱਲ ਜਿਹੜੀ ਗੱਲ ਉਹ ਜਿਹੜੀ ਗੱਲ ਨਾਲ ਉਹਨਾਂ ਨੂੰ ਮੋਟੀਵੇਸ਼ਨ ਹੋਈ ਕਹਿੰਦਾ ਵੀ ਦੇ ਸ਼ਿਵਾ ਜਿਹੜਾ ਮੈਂ ਅਸੈਂਬਲੀ ਵਿੱਚ ਪੜਦਾ ਹੁੰਦਾ ਸੀ ਜਦੋਂ ਗੁਰੂ ਨਾਨਕ ਸਿੱਖ ਅਕੈਡਮੀ ਵਿੱਚ ਮੈਂ ਸਵੇਰੇ ਅਸੈਂਬਲੀ ਵਿੱਚ ਜਾਂਦਾ ਸੀ ਦੇ ਸ਼ਿਵਾ ਦਾ ਕੀਰਤਨ ਕਹਿੰਦਾ ਉਹਦੇ ਬੋਲ ਮੇਰੇ ਦਿਮਾਗ ਵਿੱਚ ਆਈ ਜਾਣ ਮੇਰੇ ਕੰਨਾਂ ਵਿੱਚ ਉਹ ਕੀਰਤਨ ਚੱਲੀ ਤੇ ਕਹਿੰਦਾ ਜਦੋਂ ਉਹ ਦੇਸ਼ਵਾ ਮੈਂ ਕੀਰਤਨ ਦੇ ਲਫ਼ਜ਼ ਜਿਹੜੇ ਸੀ ਉਹਨਾਂ ਦੇ ਸ਼ਬਦ ਜਿਹੜੇ ਸੀ ਉਹ ਮੈਂ ਬੋਲਣੇ ਸ਼ੁਰੂ ਕੀਤੇ ਆਪਣੇ ਆਪ ਕਹਿੰਦਾ ਮੇਰੇ ਸ਼ਰੀਰ ਵਿੱਚ ਇੰਨੀ ਤਾਕਤ ਆ ਗਈ ਤੇ ਮੈਂ ਦੁਬਾਰਾ ਖੜਾ ਹੋ ਕੇ ਮੈਂ ਫੇਰ ਸੇਵਾ ਵਿੱਚ ਲੱਗ ਗਿਆ ਸੋ ਇਹ ਜਿਹੜੀ ਗੱਲ ਹੈਗੀ ਆ ਇਹ ਮੈਂ ਕਦੇ ਵੀ ਨਹੀਂ ਭੁੱਲਾਂਗਾ ਕਿ ਵੀ ਇਹ ਜੋ ਬਾਬਾ ਜੀ ਨੇ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਇਹਨੇ ਇਦਾਂ ਜ਼ਿੰਦਗੀਆਂ ਬਦਲੀਆਂ ਤੇ ਉਹ ਜ਼ਿੰਦਗੀਆਂ ਬਦਲੀਆਂ ਜੋ ਅੱਗੇ ਜਾ ਕੇ ਹੋਰ ਗਾਂਵ ਜ਼ਿੰਦਗੀਆਂ ਬਦਲ ਰਹੀਆਂ ਸੋ ਮਹਾਰੇ ਦੀ ਬਾਣੀ ਦੀ ਤਾਕਤ ਹੈ ਨਾ ਬਖਸ਼ਿਸ਼ ਹੈ ਹਾਂਜੀ ਤੇ ਆਪਾਂ ਗੱਲ ਕਰੀਏ ਸਕੂਲ ਦੀ ਅ ਤੁਸੀਂ ਦੱਸਿਆ ਕਿ ਰਿਸੈਪਸ਼ਨ ਤੋਂ ਲੈ ਕੇ A ਲੈਵਲ ਤੱਕ ਬਿਲਕੁਲ ਹਾਂ ਜੀ ਤੇ A ਲੈਵਲ ਦੀ ਗੱਲ ਕਰੀਏ ਉਹਨਾਂ ਦੇ ਰਿਜ਼ਲਟ ਆ ਗਏ A ਲੈਵਲ ਦੇ ਕਿੰਨੇ ਕੁ ਬੱਚੇ ਬੱਚੇ ਨੇ A ਲੈਵਲ ਦੇ ਈਅਰ 13 ਦੇ ਰਿਜ਼ਲਟ ਜਿਹੜੇ ਹੁਣੇ ਆਏ ਹੈਗੇ ਆ ਉਹਦੇ ਵਿੱਚ 101 ਬੱਚੇ ਸੀਗੇ ਆਪਣੇ ਕੋਲੇ ਇੱਥੇ ਹਾਂਜੀ ਤੇ 101 ਬੱਚਿਆਂ ਦੇ ਗੁਰਮੁਖਰੇ ਦੀ ਬਹੁਤ ਕਿਰਪਾ ਹੋਈ ਕਿ ਵੀ ਉਹਨਾਂ ਦੀ ਮਿਹਨਤ ਬੱਚਿਆਂ ਦੀ ਮਿਹਨਤ ਤੇ ਜਿਹੜੇ ਉਹਨਾਂ ਦੇ ਪੇਰੈਂਟਸ ਸੀਗੇ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੀ ਮਿਹਨਤ ਤੇ ਜਿਹੜੇ ਟੀਚਰਸ ਸੀ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਦੀ ਮਿਹਨਤ ਸਾਰੀ ਗੁਰੂ ਸਾਹਿਬ ਨੇ ਕਬੂਲ ਕੀਤੀ ਤੇ ਬੱਚਿਆਂ ਦੇ ਰਿਜ਼ਲਟ ਬਹੁਤ ਸੋਹਣੇ ਆਏ ਆ ਸਾਨੂੰ ਸਾਡੇ ਕੋਲੇ ਇਸ ਵੇਲੇ 85% A star to C ਦੇ ਰਿਜ਼ਲਟ ਆ ਗਏ ਆ ਜਿਹੜੇ ਕਿ ਨੈਸ਼ਨਲ ਐਵਰੇਜ 2019 ਦੇ ਜਿਹੜੇ ਆંકੜੇ ਹੈਗੇ ਉਹਨਾਂ ਤੋਂ ਤਾਂ ਉੱਪਰ ਹੈਗੇ ਆ ਬਹੁਤ ਤੇ 99% ਬੱਚੇ ਜਿਹੜੇ ਸੀਗੇ ਉਹਨਾਂ ਦੇ A star to E ਰਿਜ਼ਲਟ ਆਏ ਹੈਗੇ ਆ ਜਿਹੜੇ ਕਿ ਬਹੁਤ ਵਧੀਆ ਮੰਨੇ ਜਾਂਦੇ ਆ ਸੋ ਇਹ ਚੀਜ਼ ਜਿਹੜੀ ਹੈਗੀ ਆ ਉਹ ਉਹਦੇ ਪਿੱਛੇ ਜਿਹੜੀ ਮਿਹਨਤ ਹੈਗੀ ਆ ਉਹ ਸਾਰੀ ਬੱਚਿਆਂ ਦੀ ਆ ਆਪਦੀ ਮਿਹਨਤ ਆ ਉਹਨਾਂ ਦੇ ਫੇਰ ਨਹੀਂ ਸੀ ਸਪੋਰਟ ਪਰ ਜੇ ਟੀਚਰ ਸੀਗੇ ਮੈਂ ਜਾਣਦਾ ਕਿਉਂਕਿ ਜਿਹੜਾ ਇਹ ਬੈਚ ਸੀਗਾ ਸਾਰੇ ਜਾਣੇ ਮੇਰੇ ਖਿਆਲ ਜਾਣਦੇ ਹੀ ਹੈਗੇ ਕਿ ਜੇ ਇਹ ਪਾਰਟੀਕਲਰ ਬੈਚ ਸੀਗਾ ਡਾਕਟਰ ਸਾਹਿਬ ਉਹ ਉਹ ਉਹਨਾਂ ਦੀ ਇਹ ਪਹਿਲੀ ਐਕਸਟਰਨਲ ਅਸੈਸਮੈਂਟ ਸੀਗੀ ਕੋਵਿਡ ਕਰਕੇ ਉਹਨਾਂ ਦੀ ਕੋਈ ਐਕਸਟਰਨਲ ਅਸੈਸਮੈਂਟ ਨਹੀਂ ਹੋਈ ਸੀਗੀ ਜੀਸੀਐਸਸੀ ਵਿੱਚ ਸੋ ਸਾਰੇ ਜਾਣੇ ਬਹੁਤ ਨਰਵਸ ਸੀਗੇ ਕਿ ਵੀ ਇਹ ਕਿਵੇਂ ਪਰਫਾਰਮ ਹੋਊਗਾ ਵੀ ਯਾਨੀ ਵੀ ਉਹਨਾਂ ਦੀਆਂ ਗ੍ਰੇਡ ਬਾਉਂਡਰੀਜ਼ ਵਗੈਰਾ ਕਿਵੇਂ ਡਿਸਾਈਡ ਹੋਣਗੀਆਂ ਪਰ ਮੈਨੂੰ ਪਤਾ ਸੀ ਇਸ ਗੱਲ ਦਾ ਕਿ ਵੀ ਗੁਰੂ ਸਾਹਿਬ ਨੇ ਹਮੇਸ਼ਾ ਲਾਜ ਰੱਖੀ ਆ ਆਪਣੇ ਬੱਚਿਆਂ ਦੀ ਤੇ ਉਹਨਾਂ ਦੀ ਮਿਹਰ ਦੇ ਨਾਲ ਬਹੁਤ ਕਿਰਪਾ ਹੋਈ ਤੇ ਸਾਡੇ ਕੋਲੇ ਫਿਰ ਬਹੁਤ ਆਊਟਸਟੈਂਡਿੰਗ ਰਿਜ਼ਲਟਸ ਆਏ ਸੋ 101 ਬੱਚਾ ਹਾਂਜੀ ਉਹਨਾਂ ਵਿੱਚੋਂ 99% ਦੇ ਦੋ ਦੋ ਸਾਰੇ ਪਾਸੇ ਹਾਂਜੀ ਬਿਲਕੁਲ ਤੇ A to C ਜਿਹੜੇ ਗ੍ਰੇਡ ਆ ਉਹ 80 85% 85% ਹਾਂਜੀ ਉਹ ਟਾਪ ਦੇ ਗ੍ਰੇਡ ਸੇ ਜਿਹੜੇ ਤੇ ਹਾਲੇ ਨਹੀਂ ਬੋਲਦੇ ਐਵਰੇਜ ਕੱਢੀਏ ਉਹ ਪਹੁੰਚੀ ਲੇਗਾ ਹਾਂ ਹਜੇ ਆਪਣੇ ਕੋਲੇ ਉਹ ਆંકੜੇ ਨਹੀਂ ਆਏ ਹੈਗੇ ਕਿਉਂਕਿ ਲੱਗਦਾ ਹੈਗਾ ਟਾਈਮ ਪੂਰੀ ਮਰਖਾ ઓਟਮ টারਮ ਦੇ ਐਂਡ ਤੇ ਆਉਂਦੇ ਆ ਦਸੰਬਰ ਤੱਕ ਹਾਂ ਹਾਂਜੀ ਹਾਂਜੀ ਕਿਉਂਕਿ ਕਿ ਮੈਂ 1 ਸਾਲ ਕੋਰਸਾਂ ਪਿੱਛੇ ਹੋ ਗਏ ਉਹ ਉਹਦੋਂ ਇਹ ਨਸਟੈਟਿਸਿਕ ਦੇਖੀ ਦੇਖੀ ਸੀ ਕਿ ਹਲਨ ਬਰੋਬੇਜ ਨੰਬਰ 1 ਹਾਂਜੀ ਹਾਂ ਤੇ ਨੈਸ਼ਨਲ ਵਿੱਚ ਖੜਿਆ ਸਾਰੇ ਸਕੂਲਾਂ ਵਿੱਚੋਂ ਬਾਹਰ ਦਾ ਸਕੂਲ ਸੀ ਆਪਣਾ ਹਾਂਜੀ ਹਾਂ ਹਾਂਜੀ ਸੋ ਇਹ ਬੜੇ ਮਾਣ ਵਾਲੀ ਗੱਲ ਹੈ ਸਿੱਖਾਂ ਵਾਸਤੇ ਸਾਡੇ ਵਾਸਤੇ ਖਾਸ ਕਰਕੇ ਕਿ ਸਿੱਖਾਂ ਦਾ ਸਕੂਲ ਤੇ ਅਕਾਡੈਮਿਕਲੀ ਉਹ ਇਨ ਸਕਸੈਸਫੁਲ ਰੇਟ ਉਹ ਬਿਲਕੁਲ ਗ੍ਰੇਡ ਹੁੰਦੇ ਨੇ ਬਿਲਕੁਲ ਹਾਂ ਇਹਨਾਂ ਦਾ ਮਾਣਸਾ ਨੂੰ ਹੋਣਾ ਚਾਹੀਦਾ ਹੈ ਬਿਲਕੁਲ ਕਿਉਂਕਿ ਜਿਹੜਾ ਸੰਗਤ ਦੇ ਪੈਸੇ ਨਾਲ ਸਕੂਲ ਚੱਲਿਆ ਹੂੰ ਉਹਨੂੰ ਪੰਪ ਪੌਂਡ ਪੌਂਡ ਦੋ ਦੋ ਪੌਂਡ ਦਿੱਤੇ ਜਿੱਦਾਂ ਅਸੀਂ ਹੁਣ ਅਰਦਾਸ ਕਰਦੇ ਜਿਹੜਾ ਗਰੀਬ ਨਵਾਜ਼ ਸਕੂਲ ਦਿੱਲੀ ਵਿੱਚ ਚੱਲਦਾ ਹੈ ਉਹਨਾਂ ਵਾਸਤੇ ਅਰਦਾਸ ਕਰਦੇ ਆ ਤੇ ਉਸੇ ਤਰ੍ਹਾਂ ਇਸ਼ੂ ਕੀਤਾ ਹੁਣ ਠੀਕ ਹੈ ਗਵਰਨਮੈਂਟ ਫੰਡਿੰਗ ਫੰਡਡ ਹੈ ਬਿਲਕੁਲ ਹੈ ਮੇਦ ਕਰਕੇ ਉਥੇ ਤੁਸੀਂ ਪਹੁੰਚਾ ਦਿੱਤਾ ਪਰ ਫੇ ਵੀ ਇਹ ਆਪਣਾ ਥੁੰਦੀ ਹੈ ਕਿ ਸਾਡਾ ਸਕੂਲ ਹੈ ਬਿਲਕੁਲ ਇਸ ਸਿੱਖਾਂ ਦਾ ਸਕੂਲ ਹੈ ਤੇ ਇਹਦੇ ਵਿੱਚ ਖਾਸ ਕਰਕੇ ਮੈਂ ਤੇ ਮੈਂ ਕਈ ਵਾਰੀ ਗੱਲ ਕਰਦਾ ਹੁਣ ਜਸਕਮਨ ਨਾਲ ਕਿ ਇਹੋ ਜੇ ਇਥੇ ਬਦਾਰਤੀ ਨਿਕਲਦੇ ਨਿਕਲ ਚਾ ਨਿਕਲਨੇ ਚਾਹੀਦੇ ਨੇ ਕਿ ਜਦੋਂ ਬਾਤ ਹੋਇਆ ਜਾਵੇ ਤਾਂ ਅੱਗੇ ਕਹਿੰਦੇ ਉਹ ਗੁਰੂ ਨਾਨਕ ਸਿੱਖ ਸਕੂਲ ਦਾ ਬੱਚਾ ਜਾਂਦਾ ਹਾਂ ਹਾਂ ਵਿਲੱਖਣ ਦਾ ਹੋਵੇ ਉਹਦੀ ਉਹਦੀ ਬੋਲਚਾਲ ਉਹਦੀ ਯੂਨੀਫਾਰਮ ਉਹਦੀ ਚਾਲ ਤੇ ਉਹਦੇ ਸਕਸੈਸਫੁਲ ਜਿਹੜੀ ਹੈ ਸੋ ਇਹ ਬੜੀ ਉੰਝਸੋ ਦੁਸਿਆ ਕਿ ਟੀਚਰਾਂ ਦੀ ਵੀ ਹਾਂਜੀ ਤੇ ਪੇਰੈਂਟਸ ਦੀ ਤੇ ਐਸਕੇ ਕਿਉਂ ਕੋਵਿਡ ਤੋਂ ਬਾਅਦ ਪਹਿਲੀ ਅਸੈਸਮੈਂਟ ਹੋਣੀ ਹਾਂਜੀ 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 ਬਹੁਤ ਔਖੀ ਸੀ ਬਹੁਤ ਔਖੀ ਸੀ ਹਾਂਜੀ ਹਾਂ ਤੇ ਜਿਹਦੇ ਵਿੱਚ ਸਤਗੁਰੂ ਨੇ ਬਖਸ਼ੀ ਕੀਤੀ ਹੈ کافی ਮਾਰ ਕਮਾਰੇ ਆ ਤੇ ਇਹਦੇ ਵਿੱਚ ਐਵਰੇਜ ਤੁਸੀਂ ਅੱਗੇ ਪਿਛਲੇ ਸਾਲਾਂ ਤੋਂ ਐਡ ਕੀ ਬੈਟਲ ਤੁਸੀਂ ਸਮਝਦੇ ਹੋ ਹਾਂਜੀ ਦੇਖਿਆ ਜਾਵੇ ਤਾਂ ਪਿਛਲੇ ਕਈ ਪਿਛਲੇ ਸਾਲ ਸਾਰੇ ਸਾਲਾਂ ਤੋਂ ਬਹੁਤ ਵਧੀਆ ਰਿਜ਼ਲਟ ਆਇਆ ਆਪਣੇ ਬਹੁਤ ਬਿਹਤਰ ਆਇਆ ਅਮ ਕੋਵਿਡ ਕਰਕੇ ਜਿਹੜੀਆਂ ਲਾਕਡਾਊਨਸ ਵਿੱਚ ਕਲਾਸਾਂ ਨਹੀਂ ਲੱਗੀਆਂ ਉਹਨਾਂ ਦਾ ਵੀ ਫਿਕਰ ਸੀਗਾ ਕਿਉਂਕਿ ਬੱਚੇ ਸਕੂਲ ਦੇ ਵਿੱਚ ਨਹੀਂ ਆਨਲਾਈਨ ਕਲਾਸਾਂ ਲੱਗਦੀ ਰਹੀਆਂ ਹਨ ਉਹਨਾਂ ਦੇ ਪਰ ਇੱਕ ਗੱਲ ਜਿਹੜੀ ਆਪਣੇ ਸਕੂਲ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਿਰਫ ਇਹ ਗੁਣਾਂ ਨੇ ਸਾਰੇ ਸਕੂਲਾਂ ਨੇ ਸਾਰੇ ਟੀਚਰਾਂ ਨੇ ਇਹ ਉਹਨਾਂ ਦੀ ਮਿਹਨਤ ਦਾ ਅਸਰ ਹੈ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਕਦੇ ਵੀ ਆੜੇ ਨਹੀਂ ਆਉਣ ਦਿੱਤਾ ਕਿ ਵੀ ਇਹ ਬੱਚੇ ਦੇ ਉਹਨਾਂ ਦੀ ਪਰਸਿਸਟੈਂਟ ਐਬਸੈਂਸ ਜਿਹੜੀਆਂ ਹੈਗੀਆਂ ਉਹ ਉਹਨਾਂ ਦਾ ਅਸਰ ਬੱਚੇ ਦੀ ਪੜ੍ਹਾਈ ਤੇ ਹੋਵੇ ਅਮ ਜੇ ਉਹ ਕੋਵਿਡ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਕੋਵਿਡ ਕਰਕੇ ਲਗਾਤਾਰ ਬੱਚਾ ਇੱਕ ਹਫ਼ਤੇ ਦੋ ਹਫ਼ਤੇ ਨਹੀਂ ਆ ਸਕਿਆ ਉਹਨੂੰ ਉਹਨਾਂ ਨੇ ਇਹ ਇੱਕ ਪਰਸਨਲ ਚੈਲੰਜ ਦੇਖਿਆ ਇਥੋਂ ਦੇ ਟੀਚਰਾਂ ਨੇ ਕਿ ਵੀ ਮੈਂ ਇਸ ਬੱਚੇ ਨੂੰ ਹੁਣ ਇਹ ਇਹਦੀ ਦੋ ਹਫ਼ਤੇ ਦੀ ਪੜ੍ਹਾਈ ਤੇ ਅਸਰ ਪਿਆ ਹੈਗਾ ਕਿ ਮੈਂ ਇਸ ਤਰ੍ਹਾਂ ਇੰਟਰਵੈਂਸ਼ਨਸ ਪਲਾਨ ਕਰਾਂ ਕਿ ਵੀ ਇਹਦੀਆਂ ਇਹ ਇਹਦੇ ਜਿਹੜੇ 2 ਹਫ਼ਤੇ ਦੀ ਪੜ੍ਹਾਈ ਆ ਤੇ 3 ਹਫ਼ਤੇ ਦੀ ਪੜ੍ਹਾਈ ਆ ਉਹ ਪੂਰੀ ਇਹ ਕੈਚ ਅਪ ਕਰ ਲਵੇ ਤੇ ਮੈਂ ਇਹ ਬੱਚਾ ਬਰਾਬਰ ਤੇ ਆ ਸਕੇ ਉਹਨਾਂ ਦੇ ਨਾਲ ਕੰਪੀਟ ਕਰ ਸਕੇ ਜਿਹੜੇ ਦੂਜੇ ਬੱਚੇ ਹੈਗੇ ਆ ਸੋ ਇਹ ਚੀਜ਼ਾਂ ਜਿਹੜੀਆਂ ਟੀਚਰ ਹੈਗੇ ਕਰਦੇ ਆ ਉਹ ਉਹਦਾ ਬਹੁਤ ਅਸਰ ਪੈਂਦਾ ਹੈਗਾ ਤੇ ਬੱਚੇ ਪੇਰੈਂਟਸ ਨੂੰ ਵੀ ਮੈਂ ਮਿਲਿਆ ਕੱਲ ਜਦੋਂ ਰਿਜ਼ਲਟ ਲੈਣ ਬੱਚੇ ਆਏ ਪੇਰੈਂਟਸ ਦੀ ਖੁਸ਼ੀ ਉਹਨਾਂ ਦੇ ਜੋ ਉਹਨਾਂ ਨੇ ਅਪਰੀਸ਼ੀਏਟ ਕੀਤਾ ਸਾਰੀ ਮਿਹਨਤ ਜਿਹੜੀ ਉਹਨਾਂ ਨੇ ਦੇਖੀ ਉਹ ਸਾਫ਼ ਦਿਖਦੀ ਸੀ ਕਿ ਵੀ ਉਹ ਬਹੁਤ ਜ਼ਿਆਦਾ ਅਪਰੀਸ਼ੀਏਟ ਕਰ ਰਹੇ ਸੀਗੇ ਬਹੁਤ ਥੈਂਕਫੁਲ ਸੀਗੇ ਹਨਾ ਸੋ ਇਹ ਗੱਲਾਂ ਦਾ ਬਹੁਤ ਅਸਰ ਪਿਆ ਜਿਹੜੀ ਸਾਰੇ ਸਾਰਿਆਂ ਨੇ ਇੱਕ ਟੀਮ ਵਜੋਂ ਸਪੋਰਟ ਕੀਤੀ ਹੈ ਤੇ ਹਰ ਇੱਕ ਬੱਚਾ ਇਦਾਂ ਨਹੀਂ ਕਿ ਵੀ ਜਿਹੜੇ ਟੌਪ ਦੇ ਰਿਜ਼ਲਟ ਲੈ ਕੇ ਆਏ ਬੱਚੇ ਸਿਰਫ ਉਹਨਾਂ ਨੂੰ ਆਪਾਂ ਕਹਿਣਾ ਹੈਗਾ ਹਰ ਇੱਕ ਬੱਚੇ ਦੇ ਵਾਸਤੇ ਇਹ ਬਹੁਤ ਮੁਸ਼ਕਲ ਸਮਾਂ ਸੀਗਾ ਉਹਨਾਂ 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 ਨੂੰ ਤੁਸੀਂ ਕਦੇ ਵੀ ਕਿਉਂਕਿ ਇਹੋ ਜਿਹਾ ਗਰੁੱਪ ਨਾ ਅਦੇ ਆਉਣਾ ਹੈਗਾ ਨਾ ਪਿਛਲੇ ਗਰੁੱਪੇ ਇਦਾਂ ਦੇ ਸੀਗੇ ਕਿਉਂਕਿ ਇਹ ਜਿਹੜਾ ਪਰਟੀਕੂਲਰ ਇਸ ਸਾਲ ਸੀਗਾ ਉਹ ਬੱਚੇ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਬਹੁਤ ਹੀ ਵੱਡੀ ਵੱਡੇ ਮਾਨ ਦੀ ਗੱਲ ਆ ਕਿ ਵੀ ਉਹ ਹੁਣ ਡੈਸਟੀਨੇਸ਼ਨਸ ਯੂਨੀਵਰਸਿਟੀਆਂ 'ਚ ਜਾ ਰਹੇ ਆ ਕਿਉਂ ਘਰ ਵਿੱਚ ਬੈਠੇ ਆਨਲਾਈਨ ਸਭ ਕੁਝ ਕੀਤਾ ਉਹਨਾਂ ਨੇ ਹਾਂਜੀ ਸਾਰੇ ਸਕੂਲ ਤੋਂ ਸਕੂਲ ਵਾਂਸ ਸੀਗੇ ਤੇ ਖਾਸ ਕਰਕੇ ਇਹਦੇ ਤੋਂ ਬਹੁਤ ਡਿਫਿਕਲਟ ਸਮਾਸੀ ਤੇ ਇਹ ਤਾਂ ਆਪਾਂ ਹੋ ਗਿਆ ਐਕੈਡਮਿਕਸ ਇਹਦੇ ਨਾਲ ਨਾਲ ਜੋਨਬਰਗ ਸਕੰਦੀ ਗੱਲ ਕਰੀਏ ਸਕੂਲ ਇਹਦੇ ਵਿੱਚ ਆਪਣੀ ਪੰਜਾਬੀ ਕੀਰਤਨ ਗੁਰਬਾਣੀ ਕੀਰਤਨ ਇਹੋ ਜਿਹੇ ਉਹਦੇ ਉੱਤੇ ਕਿੰਨਾ ਕੁ ਰਿਸਰਚ ਕਰਦੇ ਹੋ ਕਿ ਨਹੀਂ ਡਾਕਟਰ ਸਾਹਿਬ ਸਾਨੂੰ ਅਸੀਂ ਇਹ ਗੱਲ ਰੈਕਗਨਾਈਜ਼ ਕੀਤੀ ਸੀ ਕਿ ਭਈ ਬੱਚੇ ਜਦੋਂ ਆਰ ਹੀ ਪੜ੍ਹਦੇ ਹੈਗੇ ਆ ਧਾਰਮਿਕ ਵਿਦਿਆ ਪੜ੍ਹਦੇ ਆ ਰਿਲੀਜੀਅਸ ਸਟੱਡੀਜ਼ ਦੇ ਵਿੱਚ ਉਹਦੇ ਵਿੱਚ ਸਾਨੂੰ ਸਿਲੇਬਸ ਜਾਂ ਕਰਿਕुलम ਕਵਰ ਕਰਨਾ ਪੈਣਾ ਜਿਹੜਾ ਕਿ ਜਿਹੜਾ ਕਿ ਇਸ ਦੇ ਵਿੱਚ 크ਿਸਚੀਅਨਿਟੀ ਵੀ ਪੜਾਉਣੀ ਪੈਣੀ ਹੈ ਸਿੱਖੀ ਸਿੱਖੀ ਵੀ ਪੜਾਉਣੀ ਪਣਾਉਨੇ ਆ ਸੀ ਤੇ ਜੀ ਸੀ ਐਸ ਸੀ ਦੇ ਵਿੱਚ ਬੱਚੇ ਸਿੱਖੀਸਮ ਐਗਜ਼ਾਮ ਕਰਦੇ ਆ ਤੇ 크ਿਸਚੀਅਨਿਟੀ ਐਗਜ਼ਾਮ ਕਰਦੇ ਆ ਹਨਾ ਕਿਉਂਕਿ ਉਹ ਇਸ ਇੱਥੋਂ ਦੇ ਜੜੀ ਵੀ ਗਵਰਨਮੈਂਟ ਦੀ ਹੈਗੀ ਆ ਪਰ ਉਹ ਕਰਨੀ ਵੀ ਚਾਹੀਦੀ ਹੈ ਪਤਾ ਵੀ ਲੱਗਣਾ ਚਾਹੀਦਾ ਸਾਰੇ ਧਰਮਾਂ ਦੀ ਸਤਿਕਾਰ ਹੋਣਾ ਚਾਹੀਦਾ ਪਰ ਫਿਰ ਅਸੀਂ ਇਹ ਨੋਟ ਕੀਤਾ ਵੀ ਉਹਦੇ ਵਿੱਚ ਅਸੀਂ ਉਹਨੇ ਲੈਸਨਸ ਦੇ ਵਿੱਚ ਉਹਨੇ ਕਰਿਕਲਮ ਦੇ ਵਿੱਚ ਅਸੀਂ ਬੱਚੇ ਨੂੰ ਸਿੱਖੀ ਦੀ ਉਹ ਵਿਦਿਆ ਜਾਂ ਸਿੱਖੀ ਬਾਰੇ ਉਹਨਾਂ ਨਹੀਂ ਦੱਸ ਸਕਦੇ ਸੋ ਅਸੀਂ ਗੁਰਮਤ ਨਾਮ ਤੇ ਇੱਕ ਸਬਜੈਕਟ ਇੰਟਰੋਡਿਊਸ ਕੀਤਾ ਗੁਰਮਤ ਨਾਮ ਦਾ ਸਬਜੈਕਟ ਹੈਗਾ ਉਹਦਾ ਟੀਚਰ ਜਿਹੜੇ ਹੈਗੇ ਆ ਉਹ ਉਹਨਾਂ ਦਾ ਅਡ ਕਰਿਕਲਮ ਹੈਗਾ ਉਹ ਬੱਚੇ ਈਅਰ 7 8 9 ਦੇ ਵਿੱਚ ਗੁਰਮਤ ਕਲਾਸਾਂ ਲੱਗਦੀਆਂ ਉਹਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਅਰਦਾਸ ਦੀ ਵਿਆਖਿਆ ਜਪਜੀ ਸਾਹਿਬ ਦੀ ਵਿਆਖਿਆ ਤੇ ਹਿਸਟਰੀ ਜਿਹੜਾ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਪਤਾ ਹੋਣੀ ਚਾਹੀਦੀਆਂ ਹੈਗੀਆਂ ਸਿੱਖ ਹਿਸਟਰੀ ਬਾਰੇ ਸਿੱਖ ਕਲਚਰ ਬਾਰੇ ਉਹ ਸਾਰੀਆਂ ਆਪਾਂ ਉਹਨਾਂ ਵਿੱਚ ਕਵਰ ਕਰਦੇ ਹਾਂ ਤੇ ਉਹਦੇ ਨਾਲ ਹਰ ਇੱਕ ਬੱਚਾ ਆਪਣੇ ਆਪਣੇ ਧਰਮ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਹੁੰਦਾ ਹਾਂ ਇਹ ਗੱਲ ਬਹੁਤ ਅਸਰਦਾਰ ਹੈ ਬਹੁਤ ਸੁਣੀ ਬਹੁਤ ਸੁਣ ਗੱਲ ਹੈ ਕਿਉਂਕਿ ਜਿਸ ਮੈਂ ਦੱਸਿਆ ਕਿ ਸ਼ੁਰੂਆਤ ਸਕੂਲ ਦੀ ਕਿਉਂ ਹੋਈ ਸੀ ਬਿਲਕੁਲ ਹਾਂ ਜੀ ਤੇ ਉਹ ਤੁਸੀਂ ਉਹ ਕਵਰ ਕਰ ਰਹੇ ਹੋ ਹਾਂ ਜੀ ਹਾਂ ਜੀ ਉਹ ਬੱਚੇ ਇੱਥੇ ਜੰਪਣ ਲੈ ਜਿਸ ਕਲਚਰ ਵਿੱਚ ਚੈਨ ਨਹੀਂ ਉਹ ਕਲਚਰ ਉਹ ਬੋਲੀ ਲੰਗਵੇ ਆਟੋਮੈਟਿਕਲੀ ਨਾਲ ਸਿੱਖਣਾ ਸਿੱਖਣਾ ਹਾਂਜੀ ਬਿਲਕੁਲ ਤੇ ਪੰਜਾਬੀ ਵਾਲਾ ਆਪਣੀ ਪੰਜਾਬੀ ਬੋਲੀ ਗੁਰਮਤ ਉਸ ਖਾਲ ਨੇ ਵੀ ਉਨੀ ਜ਼ਰੂਰੀ ਹੈ ਜਿਹੜਾ ਤੁਸੀਂ ਸ਼ੂ ਸ਼ੁਰੂਆਤ ਕੀਤਾ ਹੈ ਤੇ ਮੈਨੂੰ ਇਹ ਵੀ ਪਤਾ ਵੀ ਇੱਥੇ ਦੇ ਬੱਚੇ ਅੱਗੇ ਅਸੀਂ ਹੁਣ ਤਾਂ ਟੈਲਮੋਟ ਸਾਡੀ ਵੀ ਹੋ ਗਈ ਆ ਨੈਸ਼ਨਲ ਪੱਧਰ ਤੇ ਸੰਗੀਤ ਦੇ ਕੰਪੀਟੀਸ਼ਨ ਕਰਾਉਂਦੇ ਬੱਚਾ ਨੇ ਹਾਂਜੀ ਬਾਬਾ ਇਸ਼ੇਸਣੀ ਦੇ ਜੰਮ ਦਿੰਦੇ ਹਰ ਤੇ ਤੇ ਬੱਚੇ ਪਿਲ ਨੰਬਰ ਤੇ ਹੁੰਦੇ ਸੀ ਹਾਂਜੀ ਉਹ ਛੱਡਤਾ ਹੁਣ ਮੁਰਕੇ ਕੋਸ਼ਿਸ਼ ਕਰਾਂਗੇ ਤੇ ਫਿਰ ਸ਼ੁਰੂ ਕਰਾਂਗੇ ਕਰਨਾ ਚਾਹੀਦਾ ਹਾਂਜੀ ਕਿਉਂਕਿ ਜੋ ਮੁਰੇ ਨਿਸ਼ਾਨਾ ਹੋਵੇ ਨਾ ਫਿਰ ਬੱਚੇ ਮਿਹਨਤ ਕਰਦੇ ਨੇ ਹਾਂਜੀ ਮੈਨੂੰ ਪਤਾ ਮੈਂ ਪੇਰੈਂਟਸ ਨਾਲ ਗੱਲਬਾਤ ਕਰਦੇ ਆਂ ਕਈ ਪੇਰੈਂਟਸ ਹੈਗੇ ਆਪਣੇ ਜਿਹੜੇ ਇਹ ਚਾਹੁੰਦੇ ਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਮਿਲਣ ਇਸ ਤਰ੍ਹਾਂ ਦੇ ਕੰਪੀਟੀਸ਼ਨ ਹੋਣ ਤੇ ਜੇ ਆਪਾਂ ਜੇ ਸਕੂਲ ਜਿਹੜੇ ਹੈਗੇ ਆ ਜਿਹੜੇ ਸਿਕ ਸਕੂਲ ਹੈਗੇ ਆ ਹੋਰ ਵੀ ਜਿਹੜੇ ਸਕੂਲ ਹੈਗੇ ਜਿਨ੍ਹਾਂ ਵਿੱਚ ਬੱਚੇ ਸਿਕ ਪੇਰੈਂਟਸ ਆਪਣੇ ਬੱਚੇ ਭੇਜਦੇ ਜੇ ਅਸੀਂ ਆਪਣੇ ਆਪ ਤੇ ਇਹ ਗੱਲ ਲੈ ਲਈ ਵੀ ਅਸੀਂ ਉਹ ਕੰਪੀਟੀਸ਼ਨ ਕਰਾਉਣੇ ਆ ਅਸੀਂ ਬੱਚਿਆਂ ਨੂੰ ਉਹ ਪਲੈਟਫਾਰਮ ਦੇਣਾ ਜਿਹਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਸਪੋਰਟਸ ਕੰਪੀਟੀਸ਼ਨ ਜੇ ਜ਼ਰੂਰੀ ਹੈਗੇ ਆ ਤਾਂ ਇਸ ਤਰ੍ਹਾਂ ਦੇ ਸਪੋਰਟਸਮੈਨਸ਼ਿਪ ਵੀ ਬਹੁਤ ਜ਼ਰੂਰੀ ਹੈਗੀ ਆ ਵੀ ਬੱਚੇ ਵੱਧ ਚੜ ਕੇ ਆ ਕੇ ਆਪਣੇ ਆਪਣੇ ਸਕਿਲਸ ਆਪਣਾ ਟੈਲੈਂਟ ਦਿਖਾ ਸਕਣ ਹਾਂਜੀ ਠੀਕ ਹੈ ਇਹ ਤੇ ਤੁਸੀਂ ਦੋ ਇਨ ਦੀ ਸੈਲ ਦੀ ਅਚੀਵਮੈਂਟਸ ਨਾਨਕ ਸਿਕਾ ਅਕੈਡਮੀ ਕਿੱਥੇ ਤੱਕ ਪਹੁੰਚੀ ਹੈ ਅ ਅਗਲੇ ਸਾਲ ਵਾਸਤੇ ਜਾਂ ਆਉਂਦੇ ਫਿਊਚਰ ਵਾਸਤੇ ਕੋਈ ਤੁਹਾਡਾ ਐਕਸਟਰਾ ਪਲਾਨ ਕੋਈ ਹੈ ਪ੍ਰੋਜੈਕਟ ਰੱਖਣਾ ਸਕੂਲ ਬਣਾਉਣ ਦਾ ਜਾਂ ਜਾਂ ਨਾਨਕਸਰ ਅਕੈਡਮੀ ਨਾਨਕਸਰ ਸਕੂਲ ਖੋਲਿਆ ਹੈ ਉਹਦੇ ਵਾਸਤੇ ਆਉਂਦੇ 1-2 ਮਿੰਟ ਵਾਸਤੇ ਕਿਉਂਕਿ ਆਪਣੇ ਸਵਾਲ ਹੁੰਦਾ ਹੀ ਆ ਹਾਂਜੀ ਇਹ ਦਸਮਾ ਸੰਗਤਾਂ ਦੇ ਕੋਈ ਕੁਛ ਨਿਆ ਦੇਣਾ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਹਾਂ ਡਾਕਟਰ ਸਾਹਿਬ ਕਿ ਇਹ ਸੰਗਤ ਦਾ ਸਕੂਲ ਇੱਕ ਆਪਣੀ ਕੌਮ ਦਾ ਸਕੂਲ ਹੈਗਾ ਇੱਕ ਉਦਾਹਰਣ ਆਪਾਂ ਦੇਣੀ ਹੁੰਦੀ ਹੈ ਕਿ ਵੀ ਚੰਦ ਤੇ ਜਾਣਾ ਬਹੁਤ ਔਖਾ ਸੀਗਾ ਤੇ ਸੋ ਸਾਰੇ ਜਣੇ ਸੋਚਦੇ ਹੁੰਦੇ ਸੀ ਵੀ ਚੰਦ ਤੇ ਜਾਣਾ ਤਾਂ ਨਾ ਮਮਕਨ ਹੈ ਪਰ ਜਦੋਂ ਇੱਕ ਕੰਟਰੀ ਨੇ ਇਹ ਟ੍ਰਾਈ ਕੀਤਾ ਚਲੋ ਉੱਥੇ ਪਹਿਲਾ ਜਿਹੜੀ ਲੀ ਇੱਕ ਖਿਚਣੀ ਔਖੀ ਹੁੰਦੀ ਹੈ ਉਸ ਤੋਂ ਬਾਅਦ ਸਾਰੀਆਂ ਕੰਟਰੀਜ਼ ਨੇ ਆਪਣਾ ਲੈ ਕੇ ਜਾਣ ਲੱਗੀਆਂ ਇਹ ਸਕੂਲ ਵੀ ਇਸੇ ਤਰ੍ਹਾਂ ਹੈ ਇਹਦਾ ਨਾਂ ਰਹਿਦੀ ਦੁਨੀਆ ਤੱਕ ਰਹਿਣਾ ਕਿ ਵੀ ਇਹ ਪਹਿਲਾ ਸਿੱਖ ਸਕੂਲ ਹੈਗਾ ਜ ਜਿਹਨੇ ਲੀਖੀ ਚੀ ਸੀਗੀ ਵੀ ਇੱਕ ਸਿੱਖੀ ਸਿਧਾਂਤਾਂ ਦੇ ਉੱਤੇ ਚੱਲਿਆ ਜਾਵੇ ਤੇ ਕਿਸ ਤਰ੍ਹਾਂ ਬੱਚੇ ਅਕਾਦਮਿਕਲੀ ਵੀ ਅੱਗੇ ਹੋਣ ਤੇ ਸੇਵਾ ਸਿਧਾਂਤ ਆਪਣੇ ਸਿੱਖੀ ਸਿਧਾਂਤਾਂ ਦੇ ਵਿੱਚ ਪੂਰੇ ਪੱਕੇ ਹੋਣ ਤੇ ਇਹੀ ਗੱਲ ਆਪਾਂ ਲੈ ਕੇ ਚੱਲਦੇ ਹੈਗੇ ਆ ਕਿ ਵੀ ਜੇ ਇਹ ਸਿਕ ਸਕੂਲ ਹੈਗਾ ਹੋਰ ਕਈ ਵੀ ਸਿਕ ਸਕੂਲ ਹੈ ਸਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਵੀ ਅਸੀਂ ਰਲ ਕੇ ਕੰਮ ਕਰੀਏ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਉਪਰਾਲਾ ਕਰੀਏ ਕਿ ਵੀ ਅਸੀਂ ਆਪਣੀ ਕੌਮ ਨੂੰ ਹੋਰ ਅੱਗੇ ਵਧਾਈਏ ਤੇ ਮੇਰੀ ਕੋਸ਼ਿਸ਼ ਇਹੀ ਰਹੂਗੀ ਕਿ ਵੀ ਜਿਹੜੇ ਹੋਰ ਆਪਣੇ ਸਿਕ ਸਕੂਲ ਹੈਗੇ ਆ ਆਪਣੀ ਸਿਕ ਕਮਿਊਨਿਟੀ ਦੇ ਵਿੱਚ ਜੋ ਵੀ ਪਲੈਨਿੰਗ ਚੱਲਦੀ ਹੈਗੀ ਹੈ ਜਾਂ ਉਹਨਾਂ ਦੇ ਉਹਨਾਂ ਦੀ ਆਰਗੇਨਾਈਜੇਸ਼ਨਸ ਹੈਗੀਆਂ ਵੀ ਅਸੀਂ ਇੱਕ ਜੁੱਟ ਹੋ ਕੇ ਜੇ ਮਿਹਨਤ ਕਰਾਂਗੇ ਤਾਂ ਉਹਦਾ ਅਸਰ ਜ਼ਿਆਦਾ ਹੋਊਗਾ ਠੀਕ ਉਹਦੀ ਸਫਲਤਾ ਸਾਨੂੰ ਛੇਤੀ ਮਿਲੂਗੀ ਠੀਕ ਹੈ ਜੀ ਜਸ ਕੁਮਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਕੂਲ ਵਾਲਿਆਂ ਦਾ ਅਤੇ ਸਕੂਲ ਦੀ ਜਿਹੜੇ ਹੈ ਜਿਹੜੇ ਹੈ ਕਿ ਰਿਜ਼ਲਟ ਆਏ ਨਹੀਂ ਉਹਨਾਂ ਨੂੰ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੁਹਾਡੇ ਅਤੇ ਤੁਹਾਡੇ ਸਟਾਫ ਨੂੰ ਅਤੇ ਇਸੇ ਤਰ੍ਹਾਂ ਆਪਾਂ ਚੱਲਦੇ ਚੱਲਦੇ ਜਿਹੜਾ ਮਿਸ਼ਨ ਵੀ ਲੈ ਕੇ ਚੱਕਿਆ ਚੱਲੇ ਸਿੱਖੀ ਦਾ ਉਸ ਮਿਸ਼ਨ ਮਾਲਵੀ ਆਪਾਂ ਸਕਸੈਸਫੁਲ ਹੋਈਏ ਤਾਂ ਕਿ ਸਭ ਸੱਚੇ ਪਾਤਸ਼ਾਹ ਬਖਸ਼ਾ ਕਰਨ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਉਹ ਵੀ ਸਿੱਖ ਸਕੂਲ ਬੱਚੜ ਕੇ ਕਰਨ ਸੋ ਇਹਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਸਟਾਫ ਦਾ ਅਤੇ ਇੱਥੇ ਹੀ ਫਤਿਬਲ ਹੋਣਗੇ ਫਿਰ ਜੁੜਾਂਗੇ ਜੋ ਫਿਰ ਰਿਜ਼ਲਟ ਅਗਲੇ ਅਗਲੇ ਸਾਲ ਅਗਲੇ ਅਗਲੇ ਮਹੀਨੇ ਆਏ ਜਾਂ ਅਗਲੇ ਹਫ਼ਤੇ ਅਗਲੇ ਹਫ਼ਤੇ ਆਉਣੇ ਹਾਂ ਜੀ ਜੀਸੀਐਸਸੀ ਦੇ O ਲੈਵਲ ਦੇ ਤੇ ਉਹਨਾਂ ਦੇ ਫਤਿਬਲ ਹੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ